ਮੈਨੂੰ ਕਹਿੰਦੇ ਜੀ ਅਨਪੜ ਆ ਜਾਂਦੇ ਨੇ ਮੈਂ ਆਖਾਂ ਮੇਰੀ 77 ਚ ਮੈਟ੍ਰਿਕ ਕਰੀ ਹੋਈ ਆ ਭਾਈ ਉਦੋਂ ਤੇਰਾ ਜਨਮ ਹੋਇਆ ਹੋ ਮੈਂ ਤਾਂ ਢਿੱਲਾਂਗਾ ਟੂਹੀ ਤੇ ਦਰਦ ਹੋ ਕੇ ਢਿੱਡ ਚ ਦਰਦ ਆਉਂਦਾ ਸੀ ਜੀ ਡਾਕਟਰ ਨੇ ਕੁਝ ਸੁਣੀ ਤੁਹਾਡਾ ਕਿੰਨੀ ਲੱਗੀ ਕਿਹੜੀ ਸੁਣੀ ਆ ਮੇਰੀ ਜੇ ਸੁਣੀ ਹੁੰਦੀ ਅੱਜ ਮੈਂ ਇੱਥੇ ਹੁੰਦਾ ਇਹਨਾਂ ਨੂੰ ਜੀ ਮੈਂ ਆਖਿਆ ਮੈਂ ਜੀ ਕੁਰਸੀ ਤੋਂ ਉੱਠ ਕੇ ਦੇਖਤਾ ਲੋ ਮੇਰੀ ਟੂਹੀ ਨੂੰ ਕੁਝ ਟਾਈਮ ਨਹੀਂ ਕਰਿਆ ਚਲੋ ਤੁਸੀਂ ਦਵਾਈ ਤੁਹਾਨੂੰ ਇੱਥੋਂ ਮਿਲੇਗੀ ਸਾਰੀ ਜੀ ਹਸਪਤਾਲ ਦੇ ਅੰਦਰੋਂ ਮਿਲੇਗੀ ਦਵਾਈ ਮੋਲ ਲੈਣ ਦੀ ਲੋੜ ਨਹੀਂ ਆ ਆ ਪਰਚੀ ਤੇ ਤਾਂ ਜੀ ਦਿੱਤੀ ਨਹੀਂ ਆ ਬਾਪੂ ਜੀ ਕੁਛ ਇੱਕ ਚਾਰ ਸੇ ਜਿਹੜੀ ਪੁਰਾਣੀਆਂ ਸਰਕਾਰਾਂ ਦਾ ਜਦੋਂ ਬਣਿਆ ਹੋਇਆ ਕਾਨੂੰਨ ਅਸੀਂ ਹੌਲੀ ਹੌਲੀ ਉਹਨਾਂ ਨੂੰ ਖਤਮ ਕਰ ਰਹੇ ਹਾਂ ਜਿਵੇਂ ਮੰਤਰੀ ਸਾਹਿਬ ਦਾ ਵਧੀਆ ਲੱਗੇ ਵਿਚਾਰਾ ਹਾਂ ਵਧੀਆ ਸੁਣੀ ਗੱਲਬਾਤ ਆ ਤੁਸੀਂ ਕੀ ਉਹਨਾਂ ਕੋਲੇ ਕੀ ਮੁਸ਼ਕਲਾਂ ਲੈ ਕੇ ਪਹੁੰਚੇ ਹਾਂਜੀ ਕੀ ਮੁਸ਼ਕਲਾਂ ਲੈ ਕੇ ਪਹੁੰਚੇ ਤੁਸੀਂ ਮੁਸ਼ਕਲਾਂ ਤਾਂ ਕਈ ਦਿਨਾਂ ਤੋਂ ਇੱਥੇ ਹੈਰਾਨ ਹੁੰਦਾ ਜਾਂਦਾ ਸੀ ਕੋਈ ਦਵਾਈ ਨਹੀਂ ਸੀ ਕੋਈ ਡਾਕਟਰ ਨਹੀਂ ਪੁੱਛਦਾ ਸੀ ਮੈਂ ਤਾਂ ਢਿੱਲਾਂਗਾ ਟੂਹੀ 'ਚ ਦਰਦ ਹੋ ਕੇ ਢਿੱਡ 'ਚ ਦਰਦ ਆਉਂਦਾ ਸੀ ਜੀ ਡਾਕਟਰ ਨੇ ਕੁਛ ਸੁਣੀ ਕਿੰਨੀ ਲੱਗੀ ਕਿਹੜੀ ਸੁਣੀ ਹੈ ਮੇਰੀ ਜੇ ਸੁਣੀ ਹੁੰਦੀ ਅੱਜ ਮੈਂ ਇੱਥੇ ਹੁੰਦਾ ਤੁਹਾਡੇ ਕੋਲੋਂ ਕਿੰਨੇ 120 ਰੁਪਏ ਲਏ ਨਾ ਜੀ 240 ਰੁਪਏ ਲੈ ਕੇ ਜੀ ਹਾਂਜੀ ਹਾਂਜੀ ਇਹ ਦਿਨ ਦਾ ਕਢਾ ਲਓ ਜੀ ਇਹਨਾਂ ਤੋਂ ਜੀ ਇੱਥੇ ਭਰੇ ਨੇ ਟਾਕੀ 'ਚ ਦੱਸੋ ਜੀ 240 ਰੁਪਏ ਭਰੇ ਨੇ ਟਾਕੀ ਜੀ 'ਚ ਹਾਰ ਕੇ ਸੰਗਰੂਰ ਮਖਾ ਇੱਥੇ ਕਾਹਨੂੰ ਧੱਕੇ ਖਾਂਦਾ ਕੱਲ੍ਹ ਸੰਗਰੂਰੋਂ ਕਰਾ ਕੇ ਆਇਆ ਅੱਜ ਤੁਰਦਾ ਹੋਇਆ ਜੀ ਉਹਨੇ ਉਹ ਲਾਤੀ ਦਵਾਈ ਲਾਤੀ ਉਹ ਇੱਥੇ ਆਉਂਦਾ ਸੀ ਮੈਂ ਆਖਿਆ ਜੀ ਅੱਜ ਮੈਨੂੰ ਰਾਤ ਤੱਕ ਟਾ ਦਿਉ ਨਾਲ ਮੈਂ ਇੱਥੋਂ 10 ਵਜੇ ਗਿਆ ਜੀ 7 ਕਿਲੋਮੀਟਰ ਤੇ ਪਿੰਡ ਹੈ ਜੀ ਇਹਨਾਂ ਨੂੰ ਵੀ 3 ਵਾਰੀ ਮਿਲਿਆ ਜੀ ਉੱਠ ਕੇ ਇਹਨਾਂ ਨੇ ਜੀ ਕੁਰਸੀ ਤੋਂ ਮੇਰੀ ਢੂਹੀ ਤੱਕ ਹੱਥ ਨਹੀਂ ਲਾਇਆ ਇਹਨਾਂ ਨੇ ਕੀ ਕਰਿਆ ਪਾ ਕੇ ਮੈਨੂੰ ਉੱਤੋਂ ਲੈ ਕੇ ਹੱਡੀ ਤੇ ਕਹਿੰਦਾ ਤੇਰੀਆਂ ਆਹ ਦਬੀ ਹੋਈ ਆ ਤੈਂ ਬਾਜਣ ਚੱਕਿਆ ਸੀ ਮਹਾਜ ਉੱਤੋਂ ਡਿੱਗ ਪਿਆ ਸੀ ਮੈਂ ਹਾਂ ਹਾਂਜੀ ਆਹ ਕੱਲ੍ਹ ਵਾਲੇ ਨੇ ਆਹ ਦੇਖ ਲਓ ਜੀ ਹੁਣ ਉਹ ਟਾਤਾ ਜਿਹੜਾ ਵੀ ਪੇਸ਼ੈਂਟ ਆਉਂਦਾ ਫਸਟ ਥਿੰਗ ਇਜ਼ ਸੇਫਟੀ ਐਂਡ ਹੈਲਥ ਠੀਕ ਹੈ ਉਹਨੂੰ ਲਟਾਓ ਉਹਦਾ ਐਗਜ਼ਾਮੀਨੇਸ਼ਨ ਕਰੋ ਉਹਨੂੰ ਐਟ ਲੀਸਟ ਪੇਨ ਮੈਨੇਜਮੈਂਟ ਕਰੋ ਇਹਨਾਂ ਨੂੰ ਜੀ ਮੈਂ ਆਖਿਆ ਮੈਂ ਜੀ ਕੁਰਸੀ ਤੋਂ ਉੱਠ ਕੇ ਦੇਖਤਾ ਲਓ ਮੇਰੀ ਢੂਹੀ ਨੂੰ ਤੁਹਾਡੇ ਕੋਲ ਟਾਈਮ ਨਹੀਂ ਕਰਿਆ ਇੱਕ ਮਿੰਟ ਜੀ ਆਹ ਪਰਚੀ ਤੇ ਮੈਨੂੰ ਤਾਂ ਜੀ ਆਉਂਦਾ ਨਹੀਂ ਇਹ ਤੇ ਮੇਰਾ ਖਿਆਲ 200 ਲਿਖੇ ਨੇ ਕਹਿੰਦੀ ਆਹ ਪਰਚੀ ਅੰਦਰੋਂ ਟੀਕੇ ਲਵਾਉਣ ਨੂੰ ਫੇਰ ਲਵਾ ਲਿਆ ਪਤਾ ਨਹੀਂ ਇੱਧਰ ਲਿਖਿਆ ਹੋਇਆ ਜੀ 280 ਪਤਾ ਨਹੀਂ 10 ਘੱਟ ਪੈਸੇ ਨਹੀਂ ਲਿਖੇ ਹੋਏ ਇਹਦੇ ਤੇ ਦਵਾਈ ਲਿਖੀ ਹੋਈ ਹੈ ਜੀ ਇਹ ਦਵਾਈ ਤੁਹਾਨੂੰ ਇੱਥੋਂ ਮਿਲੀ ਨਹੀਂ ਹੈ ਨਾ ਪੈਸੇ ਭਰ ਭਰਾਉਣ ਦਿੱਤੇ ਜੀ ਆਹ ਡਾਕਟਰ ਨਹੀਂ ਸੀ ਜੀ ਇਹਨੇ ਲਿਖੇ ਮੈਂ ਆਖਿਆ ਜੀ ਮੈਂ ਸਰਕਾਰੀ ਤਾਂ ਜੀ ਹਸਪਤਾਲ ਹੈ ਹਾਂਜੀ ਉਹ ਉਹਨੂੰ ਬੁਲਾਓ ਜੀ ਇੱਥੇ ਫਿਰ ਉਹਦੇ ਨਾਲ ਤਾਂ ਜੀ ਮੈਂ ਊਂ ਵੀ ਹੋ ਗਿਆ ਮੈਂ ਕਿਹਾ ਜੀ ਫਿਰ ਇਹ ਤਾਂ ਜੀ ਹੁਣ ਪ੍ਰਾਈਵੇਟ ਹੀ ਕਹਿ ਦਿਓ ਵੀ ਇਹ ਸਰਕਾਰੀ ਨਹੀਂ ਹੈਗਾ ਪ੍ਰਾਈਵੇਟ ਹੈ ਤਾਂ ਹਾਂ ਹੁਣ ਹੀ ਬੁਲਾਓ ਜੀ ਉਹਨੂੰ ਗੱਡੀ ਚ ਬਹਿ ਕੇ ਭੱਜ ਗਈ ਤੂੰ ਸਰ ਹੀ ਵਾਸ ਸੇਇੰਗ ਕਿ ਮੈਨੂੰ ਆਈ ਵੀ ਫਲੂਇਡਸ ਚਾਹੀਦੇ ਆ ਜਿਵੇਂ ਸਿਕਰੋ ਮੈਟਰੋ ਅਤੇ ਐੱਨ ਐੱਸ ਲਗਾਓ ਮੈਂ ਕਿਹਾ ਸੀ ਬਾਬਾ ਜੀ 180 ਰੁਪਏ ਦੀ ਫਾਈਲ ਬਣੇਗੀ 180 ਲੈ ਦੇਖ ਲਓ ਜੀ ਨਹੀਂ ਉਹਦੇ ਵਾਸਤੇ ਦਾਖਲ ਹੋਣਾ ਪਏਗਾ 180 ਰੁਪਏ ਫਿਰ ਮੈਂ ਤਾਂ ਜੀ ਸਰਕਾਰੀ ਚੀਜ਼ ਉਹ ਤੇ ਪ੍ਰਾਈਵੇਟ ਦੇ ਵਗ ਗਿਆ ਦਵਾਈ ਦਾ ਕੋਈ ਪੈਸਾ ਨਹੀਂ ਹੈ ਬਾਪੂ ਜੀ ਉਹ ਤੁਸੀਂ ਉਹਨੂੂੰ ਕਹਿਣਾ ਮੈਨੂੰ ਗਲੂਕੋਜ਼ ਲਾਓ ਜਿਹਦੀ ਕੋਈ ਲੋੜ ਨਹੀਂ ਸੀ ਉਹਨਾਂ ਨੇ ਕਿਹਾ ਸੀ ਵੀ ਜੇ ਗਲੂਕੋਜ਼ ਲਾਉਣਾ ਤਾਂ ਦਾਖਲ ਹੋਣਾ ਪਏਗਾ ਦਾਖਲ ਹੋਣ ਦੀ ਫੀਸ ਦਾਖਲ ਵਾਸਤੇ ਤਾਂ ਜੀ ਮੈਂ ਜ਼ੋਰ ਲਾ ਲਿਆ ਮੈਂ 7 ਕਿਲੋਮੀਟਰ ਤੇ ਰਾਤ ਨੂੰ 10 ਵਜੇ ਗਿਆ ਪੁਨਾ ਵਾਲੇ ਇੱਥੋਂ 7 ਕਿਲੋਮੀਟਰ ਹੈ ਜੀ ਤੁਸੀਂ ਐਡਮਿਟ ਹੋਣਾ ਚਾਹੁੰਦੇ ਹੋ ਹੁਣ ਵੀ ਦਾਖਲ ਹੋਣਾ ਚਾਹੁੰਦੇ ਹੋ ਹੁਣ ਤਾਂ ਜੀ ਮੈਂ ਇਹਦੀ ਇਹਨੇ 10 ਦਿਨਾਂ ਦੀ ਮੈਨੂੰ ਉਹ ਕਰਤੀ ਜੀ ਮੈਂ ਕੁਛ ਲੋਟ ਹਾਂ ਜੀ ਹੋਰ ਫਰਮੈਂਟੇਸ਼ਨ ਉਹਨਾਂ ਨੇ ਐਡਵਾਈਸ ਦੇ ਦਿੱਤੀ ਕਿ ਇਹੀ ਮੈਡੀਸਨ ਤੁਹਾਡਾ ਹੁਣ ਦੀ ਦਵਾਈ ਤਾਂ ਜੀ ਮੈਂ ਆ ਲਈ ਫਿਰ ਤਾਂ ਦਿੱਤੀ ਹੈ ਦਵਾਈ ਹੁਣ ਹਾਂਜੀ ਉਹਨਾਂ ਨੇ ਆ ਖਰਾਕ ਉਹ ਤਾਂ ਜੀ ਸੰਗਰੂਰ ਵਾਲੀ ਹੈ ਕਿੰਨੀ ਦੇਰ ਦੀ ਦਿੰਦੇ ਆ ਜੀ ਹੁਣ ਮੈਂ ਇੱਕ ਖਰਾਕ ਮੈਂ ਨਾਲ ਲਈ ਫਿਰ ਤਾਂ ਬਾਕੀ ਘਰੇ ਪਈਆਂ ਨੇ ਹਾਂਜੀ ਸਰ
ਜੇ ਪੇਸ਼ੈਂਟ ਕਹਿੰਦਾ ਜ਼ਿਆਦਾ ਦੂਰ ਹੋਣੇ ਸਿਰ 15 20 ਦਿਨ ਦੀ ਵੀ ਦੇ ਚਲੋ ਤੁਸੀਂ ਦਵਾਈ ਤੁਹਾਨੂੰ ਇੱਥੋਂ ਮਿਲੇਗੀ ਸਾਰੀ ਜੀ ਹਸਪਤਾਲ ਦੇ ਅੰਦਰ ਮਿਲੇਗੀ ਦਵਾਈ ਮੋਲ ਲੈਣ ਦੀ ਲੋੜ ਨਹੀਂ ਹੈ ਆ ਪਰਚੀ ਤੇ ਤਾਂ ਜੀ ਦਿੱਤੀ ਨਹੀਂ ਆਦੀ ਬਾਪੂ ਜੀ ਕੁਛ ਇੱਕ ਚਾਰ ਸੇ ਜਿਹੜੀ ਪੁਰਾਣੀਆਂ ਸਰਕਾਰਾਂ ਦਾ ਜਦੋਂ ਬਣਿਆ ਹੋਇਆ ਕਰੋਨਾ ਅਸੀਂ ਹੌਲੀ ਹੌਲੀ ਉਹਨਾਂ ਨੂੰ ਖਤਮ ਕਰ ਰਹੇ ਹਾਂ ਜਿਵੇਂ ਟੋਲ ਪਲਾਜ਼ਾ ਖਤਮ ਕਰ ਰਹੇ ਹਾਂ ਮੈਨੂੰ ਕਹਿੰਦੀ ਜੀ ਅਨਪੜ ਆ ਜਾਂਦੇ ਨੇ ਮੈਂ ਆਖਿਆ ਮੇਰੀ 77 ਚ ਮੈਟ੍ਰਿਕ ਕਰੀ ਹੋਈ ਹੈ ਭਾਈ ਉਦੋਂ ਤੇਰਾ ਜਨਮ ਹੋਇਆ ਹੋਊ ਦੇਖੋ ਮੈਂ ਕੋਈ ਨਹੀਂ ਆਪਾਂ ਪਾਸ ਕਰਦਾ ਦੇਖੋ ਜਦੋਂ ਪੇਸ਼ੈਂਟ ਆਉਂਦਾ ਨਾ ਜੀ ਉਹਦੇ ਨਾਲ ਜੇ ਆਪਾਂ ਪਿਆਰ ਨਾਲ ਗੱਲ ਕਰ ਲਈਏ ਨਾ ਦੈਨ ਹੀ ਬੋਲ ਨਹੀਂ ਬੋਲੀਗਾ ਚਲੋ ਕੋਈ ਗੱਲ ਇਹ ਨਹੀਂ ਬੋਲੀ ਹੋਵੇਗੀ ਬਟ ਮੇ ਬੀ ਜਿੰਨਾ ਪੇਸ਼ੈਂਟ ਨੂੰ ਜਦੋਂ ਪੇਸ਼ੈਂਟ ਆਉਂਦਾ ਹੈ ਜਦੋਂ ਜਿਹੜਾ ਵੀ ਮੈਂ ਜਵਾਬ ਵੀ ਦਿੱਤਾ ਜੀ ਮੈਂ 77 ਚ ਮੇਰੀ ਮੈਟ੍ਰਿਕ ਕਰੀ ਹੋਈ ਹੈ ਤੇ ਬੇਸਿਕ ਟ੍ਰੇਡਸ ਆ ਗਿਆ ਐਸਐਮਓ ਸਾਹਿਬ ਉਹ ਪਿੱਛੇ ਮੁੜ ਕੇ ਦੇਖੋ ਜੀ ਉਹ ਤੁਸੀਂ ਕਿੰਨੇ ਸੁਣ ਹੋ ਗਿਆ ਮੀਨਾ ਉਹ ਸਿਵਲ ਸਰਜਨ ਕਿੱਥੇ ਜੇ ਰਹਿੰਦੇ ਹੋ ਜੀ ਸਗਰੂਰ ਚ ਮੈਂ ਚੰਡੀਗੜ੍ਹ ਬਾਬਾ ਜੀ ਮਾਨ ਸਾਹਿਬ ਦੇ ਨਾਲ ਚੰਡੀਗੜ੍ਹ ਮਾਨ ਸਾਹਿਬ ਦੇ ਨਾਲ ਕੋਠੀ ਆ ਮੇਰੀ ਅੱਛਾ ਜੀ ਹਾਂ ਹਾਂ ਤੁਹਾਡਾ ਤੁਹਾਡਾ ਤਾਂ ਬੇਟਾ ਮੁੱਖ ਮੰਤਰੀ ਹੋ ਰਿਹਾ ਉਹ ਤੁਹਾਡਾ ਮੁੱਖ ਮੰਤਰੀ ਹੋ ਤੁਹਾਨੂੰ ਕਾਹਦੀ ਚਿੰਤਾ ਜੀ ਉਹਨਾਂ ਦੇ ਨਾਲ ਉਹਨਾਂ ਨੇ ਮੈਨੂੰ ਕੋਠੀ ਦਿੱਤੀ ਜੀ ਉਹ ਤੇ ਨਾਲ ਹੀ ਆਪਣੇ ਨਾਲ ਹੀ ਹੁੰਦਾ ਕੋਈ ਨਹੀਂ ਬਾਬਾ ਜੀ ਤੁਹਾਨੂੰ ਦਵਾਈ ਸਾਰੀ ਮਿਲੇਗੀ ਦਵਾਈ ਦਿਓ ਜੀ ਥੋੜਾ ਜਿਹਾ ਪਿਆਰ ਨਾਲ ਦੇਖੋ ਨਾਮ ਤਾਂ ਜੀ ਮੁਲਕ ਸਿੰਘ ਹੈ ਬਾਬਾ ਜੀ ਅੱਜ ਹਸਪਤਾਲ 'ਚ ਸਿਹਤ ਮੰਤਰੀ ਆਏ ਸੀਗੇ ਦੌਰਾ ਕੀਤਾ ਕਿਵੇਂ ਲੱਗਿਆ ਤੁਸੀਂ ਵੀ ਆਪਣੀ ਮੁਸ਼ਕਿਲਾਂ ਦੱਸੀਆਂ ਮੰਤਰੀ ਸਾਹਿਬ ਤਾਂ ਵਧੀਆ ਲੱਗੇ ਵਿਚਾਰਾ ਹਾਂ ਵਧੀਆ ਸੁਣੀ ਗੱਲਬਾਤ ਆ ਤੁਸੀਂ ਕੀ ਉਹਨਾਂ ਕੋਲੇ ਕੀ ਮੁਸ਼ਕਿਲਾਂ ਲੈ ਕੇ ਪਹੁੰਚੇ ਹਾਂਜੀ ਕੀ ਮੁਸ਼ਕਿਲਾਂ ਲੈ ਕੇ ਪਹੁੰਚੇ ਤੁਸੀਂ ਮੁਸ਼ਕਿਲਾਂ ਤਾਂ ਕਈ ਦਿਨਾਂ ਤੋਂ ਇੱਥੇ ਹੈਰਾਨ ਹੁੰਦਾ ਜਾਂਦਾ ਸੀ ਕੋਈ ਦਵਾਈ ਨਹੀਂ ਸੀ ਕੋਈ ਡਾਕਟਰ ਨਹੀਂ ਪੁੱਛਦਾ ਸੀ ਕੋਈ ਘੰਟਾ ਆਰਾਮ ਕਰਨ ਨੂੰ ਵੀ ਨਹੀਂ ਕਹਿੰਦਾ ਸੀ ਵੀ ਆ ਬੈੱਡ 'ਤੇ ਹੈ ਨਹੀਂ ਬੈੱਡ ਤਾਂ ਵੀ ਮੈਂ ਆਖਿਆ ਇੱਕ ਦਿਨ ਰਾਤ ਨੂੰ 10 ਵੱਜ ਗਏ ਮੈਂ ਚੱਲ ਹੁਣ ਕਿੱਥੇ ਜਾਊਂਗਾ 7 ਕਿਲੋਮੀਟਰ 'ਤੇ ਪਿੰਡ ਹੈ ਮੈਂ ਚੱਲ ਜੀ ਇੱਥੇ ਮੈਂ ਪੈ ਜਾਣਾ ਕਿਸੇ ਡਾਕਟਰ ਨੇ ਵੀ ਕੋਈ ਦੁਰਵਿਹਾਰ ਕੀਤਾ ਤੁਹਾਡੇ ਨਾਲ ਕਿਸੇ ਨੇ ਦੁਰਵਿਹਾਰ ਜਦੋਂ ਅੰਦਰ ਤੱਕ ਇਹਨੇ ਪੁੱਛਿਆ ਹੀ ਨਹੀਂ ਨੰਬਰ ਜਾਰੀ ਜੇ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਕਿਵੇਂ ਲੱਗੇ ਉਹ ਤਾਂ ਗੱਲ ਠੀਕ ਲੱਗੀ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਹੋਰਾਂ ਮਰੀਜ਼ਾਂ ਨੂੰ ਵੀ ਜਿਵੇਂ ਤੁਹਾਨੂੰ ਆਈਏ ਕਿਸੇ ਨੂੰ ਕੋਈ ਤਕਲੀਫ ਨਹੀਂ ਆਊਗੀ ਜਿਵੇਂ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਉਸ ਹਿਸਾਬ ਨਾਲ ਤਾਂ ਹੁਣ ਇਹਨਾਂ ਨੂੰ ਵੀ ਸੁਧਰਨਾ ਚਾਹੀਦਾ